पंजाब के सूफी कलाकार सतिंदर सरताज एक बार ताड़ी ला दे जी सारे जन पे कोई अली आंख कोई बनी एक बार ताली ला दो जी सारे जने पहला खोल के स्वाद में आ कलाकार बहुत सुनाने मैं थोनू अज हाँ जी कोई अली आखे कोई वली आखे कोई कहे दाता सच्चे मालिक मैनू समझ ना आवे कि नाम देवा सुकून चक्की दया चाल करो ਸਾਡੀ ਫਰਿਆਦ ਤੇਰੇ ਤਾਈ ਵਾਜਬਾ ਤਾਰੀ ਬਾਈ ਸ਼ੁਕਰੀਆ ਸ਼ੁਕਰੀਆ ਆ ਤੁਹਾਡੇ ਮੋਬਾਈਲ ਤਾਂ ਇਦਾਂ ਲੱਗਦੇ ਜਿਵੇਂ ਅਸਮਾਨ ਦੇ ਵਿੱਚ ਤਾਰੇ ਟਮਕਦੇ ਆ ਵੀਰੇ ਸ਼ੁਕਰੀਆ ਤੁਹਾਡਾ ਪਿਆਰ ਤੁਸੀਂ ਬੜੇ ਸਤਿਕਾਰ ਦੇ ਨਾਲ ਸੁਣ ਰਹੇ ਹੋ ਸੋ ਲਓ ਜੀ ਤੁਹਾਡੀ ਨਜ਼ਰ ਕਰਦੇ ਹੁਣ ਪੰਜਾਬ ਦੇ ਉਸ ਕਲਾਕਾਰ ਨੂੰ ਸੁਣਕਾਰ ਨੂੰ ਜਿਹਨੂੰ ਬੱਚਾ ਬੱਚਾ ਅੱਜ ਕੱਲ੍ਹ ਲੋਈ ਵਾਲਾ ਬਾਬਾ ਕਹਿੰਦਾ ਲਓ ਜੀ ਜ਼ੋਰਦਾਰ ਤਾੜੀਆਂ ਵਿਚਕਾਰ ਸੂਫੀ ਫਨਕਾਰ ਕਮਲ ਸੋ ਸਾਡੀ ਮਾਤਾ ਇੱਥੇ ਪਹੁੰਚੀ ਹੈ ਸਾਰਾ ਪਰਿਵਾਰ ਇੱਥੇ ਆਇਆ ਮੈਂ ਸਾਰਿਆਂ ਨੂੰ ਨਿੱਕੀ ਜੀਆ ਨੂੰ ਵੈਲਕਮ ਕਰਦਾ ਨਹੀਂ ਏਦਾਂ ਨਹੀਂ ਕਮਰ ਬਾਈ ਵਾਲੇ ਅੰਦਾਜ਼ ਚ ਕਰੋ ਫਿਰ ਕਿਉਂਕਿ ਸਾਡੀ ਬਹੁਤ ਸੇਵਾ ਕੀਤੀ ਜਦੋਂ ਅਸੀਂ ਕੈਨੇਡਾ ਗਏ ਜਾ ਕੇ ਇਦਾਂ ਲੱਗਦਾ ਹੁੰਦਾ ਵੀ ਅਸੀਂ ਕਿਤੇ ਆਪਣੇ ਕਿਤੇ ਬਾਹਰਲੇ ਮੁਲਕ ਆਏ ਪਰ ਸੱਚੀ ਜਦੋਂ ਸਾਰਾ ਕੈਨੇਡਾ ਘੁੰਮ ਕੇ ਜਦੋਂ ਅਸੀਂ ਵੈਨਕੂਵਰ ਸਰੀ ਪਹੁੰਚਿਆ ਕਰਨਾ ਤਾਂ ਇਦਾਂ ਲੱਗਿਆ ਕਰਨਾ ਆਪਣੇ ਘਰ ਆ ਗਏ ਸੋ ਇੱਕ ਡੇਜ਼ਨ ਨਾਂ ਦੇ ਉੱਥੇ ਹੋਟਲ ਹੈ ਜੀ ਹੋਟਲ ਨਹੀਂ ਹੈ ਉਹ ਘਰ ਆ ਜਿੰਨੇ ਕਲਾਕਾਰ ਸਾਰੇ ਉੱਥੇ ਠਹਿਰਦੇ ਆ ਇੱਕ ਵਾਰ ਇਹਨਾਂ ਦੇ ਨਾਂ ਦੇ ਤਾੜੀ ਲਾ ਦਿਓ ਜੀ ਕੀ ਬਾਤ ਹੈ ਲਓ ਜੀ ਬਾਈ ਕਵਰ ਕਰਿਆ ਮੈਂ ਕਿਹਾ ਪਹਿਲਾਂ ਤੂੰ ਚੀਕਾ ਮਾਰਨਾ ਸੱਚੀ ਕਹਿੰਦਾ ਸਾਡੀਆਂ ਮਾਤਾ ਭੈਣਾਂ ਬੈਠੀਆਂ ਇੱਕ ਵਾਰ ਤਾੜੀ ਲਾ ਦਿਓ ਸੱਚੀ ਕਹਿੰਦਾ ਸੱਚੀ ਕਹਿੰਦਾ ਮੈਨੂੰ ਐਦਾਂ ਲੱਗਦਾ ਜਿਵੇਂ ਅੱਜ ਤਾਰੇ ਜ਼ਮੀਨ ਤੇ ਆ ਗਏ ਆ ਸੱਚੀ ਕਹਿੰਦਾ ਚੰਗਾ ਲੱਗ ਰਿਹਾ ਸੋ ਬਹੁਤੀਆਂ ਗੱਲਾਂ ਨਹੀਂ ਕਰਦੇ ਮੇਰੇ ਤੋਂ ਬਾਅਦ ਚ ਵੀ ਕਲਾਕਾਰਾਂ ਨੇ ਹਾਜ਼ਰੀ ਲਾਉਣੀ ਆ ਤੂੰ ਕੀ ਕਹਿੰਦਾ ਆ ਜਾ ਬਾਬਾ ਸੁਣ ਕੇ ਰੋਮ ਰੋਮ ਵਿੱਚ ਵਾਸ ਸੱਜਣ ਦਾ ਦਰਵਾਸ ਸੱਜਣ ਦਾ ਤੁਰ ਪਈਆ ਮੈਂ ਯਾਰ ਦੇ ਘੱਲੂ ਸੱਦ ਨਹੀਂ ਸਕਦੀ ਉਹਦੇ ਤਰਨੂ ਆ ਦੁਨੀਆ ਪਈ ਖਸਮਾਂ ਨੂੰ ਖਾਵੇ ਵੇ ਦੁਨੀਆ ਪਈ ਖਸਮਾਂ ਨੂੰ ਖਾਵੇ ਮਸਤੀ ਬਾਖਰਦੀ ਆਵਰਾ ਤੜਕਾ ਯਾਰ ਵਜਾਵੇ ਮਸਤੀ ਬਾਖਰਦੀ ਕਿਆ ਕਹਿੰਦੀ ਆ ਸਾਰੇ ਜਣੇ ਤਾੜੀਆਂ ਨਾਲ ਮਸਤ ਬਣਾ ਦੇਣਗੇ ਪੀਪਾ ਸੱਚੀ ਕਹਿੰਦਾ ਮਸਤਾ ਦੇ ਮਸਤਾ
ਮਾਈਆਂ ਦੀ ਗਾਉਂਦਾ ਬਾਤ ਕੁੜ ਤੂੰਬਾ ਤੂੰਬਾ ਮੇਰੀ ਜਾਨ ਕੁੜ ਤੂੰਬਾ ਤੂੰਬਾ ਆਪਣਾ ਸ਼ਤਾਨ ਕੁੜ ਜਿੱਥੇ ਮਰਜ਼ੀ ਲੱਭਦੇ ਫਿਰੀ ਜਾਓ ਤਾਂ ਅੰਦਰ ਬੈਠਾ ਤੂੰ ਤਾਂ ਲੱਭਿਆ ਗਵਾਂਡੋ ਮੇਰੇ ਤੂੰ ਤਾਂ ਲੱਭਿਆ ਗਵਾਂਡੋ ਮੇਰੇ ਟਿਕਟਾਂ ਦੋ ਲੈ ਲਈ ਚੱਲੇਗਾ ਚੱਲੂਗੀ ਨਾ ਤੇਰੇ ਭਾਈ ਜੀ ਨੂੰ ਦਿਲੋਂ ਚੰਗੀ ਲੱਗ ਰਹੀ ਹੈ ਮੈਂ ਵੇਖ ਰਹੀ ਉਹ ਦੱਬ ਕੇ ਤਾੜੀ ਮਾਰੂ ਪਹਿਲਾਂ ਥੈਂਕ ਯੂ ਜੀ ਤੇ ਇਸ ਗਾਇਕੀ ਦੇ ਸਫ਼ਰ ਦੇ ਵਿੱਚ ਇੱਕ ਕਲਾਕਾਰ ਜਿਹੜਾ ਥੰਮ ਬਣ ਕੇ ਖੜੇ ਆ ਤੇ ਪੰਜਾਬ ਦੇ ਸਾਰੇ ਕਲਾਕਾਰ ਕਹਿੰਦੇ ਆ ਵੀ ਕਲਾਕਾਰਾਂ ਦਾ ਮਿਰਜ਼ਾ ਉਹ ਸੋ ਇਹ ਦੱਸੋ ਜੀ ਇੱਥੇ ਬੱਬੂ ਮਾਨ ਦੇ ਕਿੰਨੇ ਕੁ ਫੈਨ ਨੇ ਜੀ ਕੀ ਬਾਤ ਹੈ ਇੱਕ ਵਾਰੀ ਫੇਰ ਖੁੱਲ ਕੇ ਕੀ ਬਾਤ ਹੈ ਕਿਹੜੇ ਕਿਹੜੇ ਸੁਣਨਾ ਚਾਹੁੰਦੇ ਨੇ ਬੱਬੂ ਮਾਨ ਲਓ ਫਿਰ ਦੋਵੇਂ ਹੱਥਾਂ ਨਾਲ ਉੱਪਰ ਕਰਕੇ ਨਾ ਦੱਬ ਕੇ ਤਾੜੀ ਠੋਕੋ ਕੀ ਬਾਤ ਹੈ ਲਓ ਜੀ ਮੈਂ ਤਾਂ ਬਾਈ ਨੂੰ ਬਹੁਤ ਪਿਆਰ ਕਰਦਾ ਅਸੀਂ ਸਾਰੀ ਕਰਦੇ ਹਾਂ ਇੱਕ ਵਾਰੀ ਉਹਦੇ ਨਾਂ ਤੇ ਖੁੱਲ ਕੇ ਤਾੜੀ ਲਾ ਦਿਓ ਕਿਉਂਕਿ ਜਿਹੜੀ ਗੱਲ ਕਰਦਾ ਉਹ ਪਗਾਉਂਦਾ ਸੋ ਲਓ ਜੀ ਬਾਈ ਬੱਬੂ ਮਾਨ ਪਹਿਲਾਂ ਚੀਕਾਂ ਮਾਰਨਾ ਸੋਹਣਾ ਬਸ ਸੁਣਾ ਦਿੰਦਾ ਮੈਂ ਇਹ ਤੜ ਕੇ ਡਾਕਟਰ ਨੇ ਕਹਿਣਾ ਟੌਂਸਰ ਹੋ ਗਏ ਗਾਚ ਲਓ ਜੀ ਬਾਈ ਬੱਬੂ ਮਾਨ ਦਿਲ ਚੜਿਆ ਦਾ ਕੀ ਹੈ ਜਿੱਥੇ ਰਾਤ ਪਵੇ ਉੱਥੇ ਸੌ ਜਾਈਏ ਯਾਰ ਨਸੀਬਾਂ ਦੇ ਨਾਲ ਮਿਲਦੇ ਯਾਰ ਬਣਾ ਕੇ ਰੱਖਦਾ ਹੈ ਗਣਾ ਹੋਇਆ ਨਲਹਿਨ ਆਨ ਲਹਿਨ ਚੈਟ ਕਰਦੀ ਸਾਉਣ ਦੇ ਮਹੀਨੇ ਵਿੱਚ ਜਗ ਬੜਦੀ ਓਏ ਪਰਕਤਾਵ ਥੱਲੇ ਟੈਬ ਧਰਦੀ ਮਾਪੇ ਕਹਿੰਦੇ ਕੁੜੀ ਸਾਡੀ ਵਾਲਾ ਫੜਦੀ ਹੋਰ ਚੈਟ ਕਰਦੀ ਸੌਣ ਦੇ ਮਹੀਨੇ ਵਿੱਚ ਜਪ ਫੜਦੀ
ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇੜ ਨਹੀਂ ਹਾਏ ਨੀ ਮੈਂ ਕਿਹਾ ਸੁਣ ਮੋਟੇ ਯਾਰੇ ਦੇ ਜੰਗਾ ਲਗਾ ਤਾੜੀ ਲਾਵੇ ਜੀ ਖੁੱਲ ਕੇ ਭਾਈ ਸੱਚੀ ਬਹੁਤ ਪਿਆਰ ਦੇ ਰਹੇ ਹੋ ਬਹੁਤ ਦਿਲੋਂ ਰਿਸਪੈਕਟ ਸਭ ਨੂੰ ਬਹੁਤ ਪਿਆਰ ਲਵ ਜੂ ਬਹੁਤ ਬਹੁਤ ਥੈਂਕ ਯੂ ਬਾਈ ਸਾਰੇ ਤੁਸੀਂ ਇੰਨੇ ਪਿਆਰ ਨਾਲ ਸੁਣ ਰਹੇ ਹੋ ਥੈਂਕ ਯੂ ਥੈਂਕ ਯੂ ਸੋ ਲਓ ਜੀ ਜਿੰਨਾ ਟਾਈਮ ਬਾਈ ਪਿਆਰ ਨਾਲ ਸੁਣੋਗੇ ਉਨਾ ਟਾਈਮ ਗਾਵਾਂਗੇ ਸੱਚੀ ਦਿਲ ਖੁਸ਼ ਹੋ ਗਿਆ ਆਪਣਾ ਭਰਾਵੋ ਤੁਹਾਨੂੰ ਦੇਖ ਕੇ ਸੋ ਲਓ ਜੀ ਤੁਹਾਡੀ ਨਜ਼ਰ ਪੱਗਾਂ ਵਾਲੇ ਵੀਰ ਕਿੰਨੇ ਕਹਿ ਦੱਸੋ ਪਹਿਲਾਂ ਰਣਜੀਤ ਬਾਵਾ ਕੀ ਨੇ ਕਿਵੇਂ ਸੁਣਨਾ ਜੀ ਲਓ ਸੁਣੋ ਰਣਜੀਤ ਬਾਵਾ ਮੈਂ ਨਾ ਅਕਸਰ ਕਹਿਣਾ ਹੁੰਦਾ ਵੀ ਭਰਾਵੋ ਮੇਰੇ ਆਪਦੇ ਗਾਣੇ ਵੀ 30-32 ਗਾਏ ਹੋਏ ਆ ਮੈਂ ਗਾਣੇ ਵੀ ਗਾਉਣਾ ਲਓ ਜੀ ਰਣਜੀਤ ਬਾਵਾ ਉਹ ਮੇਰੀ ਮਾਂ ਨੂੰ ਹਮੇਸ਼ਾ ਕਰਤਾਰੋ ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ ਉਹ ਕਿਸ ਹਾਲ ਚ ਵਿਦੇਸ਼ਾਂ ਵਿੱਚ ਵਸਦਾ ਉਹਨੂੰ ਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ ਵੇ ਰੋਟੀ ਖਾਧੀਏ ਕਿ ਨਹੀਂ ਕੱਲੀ ਮਾਂ ਪੁੱਛਦੀ ਵੇ ਕਿੰਨੇ ਡਾਂਡਰ ਕਮਾਉਣਾ ਬਾਕੀ ਸਾਰੇ ਪੁੱਛਦੇ ਰੋਟੀ ਖਾਧੀਏ ਕਿ ਨਹੀਂ ਕੱਲੀ ਮਾਂ ਪੁੱਛਦੀ ਵੇ ਕਿੰਨੇ ਡਾਂਡਰ ਕਮਾਉਣਾ ਬਾਕੀ ਸਾਰੇ ਪੁੱਛਦੇ ਨਿਆਰੀ ਚੰਡੀਗੜ੍ਹ ਵਾਰੀਏ ਨੀ ਤੇਰੀ ਕਰਾਂਗੀ ਹੱਥ ਯਾਰ ਦੇ ਖੜੇ ਥੈਂਕ ਯੂ ਜੀ ਲਓ ਜੀ ਹੁਣ ਆਪਣੇ ਕਰਦੇ ਸ਼ੁਰੂ ਨਹੀਂ ਜੀ ਅੱਜ ਤਾਂ ਬਹੁਤ ਹੈ ਆਪਣੇ ਕੋਲੇ ਕਲਾਕਾਰ ਮੁੱਕਣੇ ਨਹੀਂ ਬਹੁਤ ਆਪਾਂ ਵੋਟਾਂ ਪਵਾ ਲੈਂਦੇ ਹਾਂ ਇਹ ਦੱਸੋ ਜੀ ਜਿਹਨਾਂ ਨੇ ਗਾਣੇ ਸੁਣਨੇ ਹੈਗੇ ਉਹ ਤਾੜੀ ਮਾਰੋ ਪਹਿਲਾਂ ਤਾਂ ਹੈਗੀਆਂ ਵੋਟਾਂ ਆਪਣੀਆਂ ਤੇ ਜਿਹੜੇ ਬਈ ਮਮੇਕਰੀ ਹੋਰ ਸੁਣਨਾ ਚਾਹੁੰਦੇ ਉਹ ਤਾੜੀ ਮਾਰੋਗੇ ਖਾਸੀ ਵੋਟ ਪੈ ਗਈ ਤੈਨੂੰ ਸੁਣੋ ਜੀ ਕਿਹੜਾ ਕਲਾਕਾਰ ਸੁਣਨਾ ਹੈ ਦੱਸੋ ਪਹਿਲਾਂ ਤੁਸੀਂ ਇੱਕ ਜਣਾ ਖੜਾ ਹੋ ਕੇ ਬੋਲ ਲਓ ਇੱਕ ਜਣਾ ਉਹ ਸਾਰਿਆਂ ਨੇ ਜੈ ਜੀ ਵੀ ਭਾਈ ਕਹਿੰਦਾ ਜੈ ਜੀ ਵੀ ਸੁਣਨਾ ਲਓ ਜੀ ਵੋਟ ਆ ਗਈ ਕਹਿੰਦੇ ਜੈ ਜੀ ਵੀ ਸੁਣਨਾ ਲਓ ਜਿਹਨੇ ਸੁਣਨਾ ਜੀ ਤਾੜੀ ਮਾਰੋ ਨਾਲ ਗਾਉਂਗੇ ਸਾਰੇ ਜਣੇ ਨੀ ਜਿਹਨੇ ਮੇਰਾ ਦਿਲ ਲੁੱਟਿਆ ਉਹ ਜਿਹਨੇ ਮੈਨੂੰ ਮਾਰ ਸੁੱਟਿਆ ਜਿਹਨੇ ਮੇਰਾ ਦਿਲ ਲੁੱਟਿਆ ਉਹ ਜਿਹਨੇ ਮੈਨੂੰ ਮਾਰ ਸੁੱਟਿਆ ਨਿਲੰਗ ਬੰਦਲਾ ਬਲੌਰੇ ਉਹਦੇ ਨੈਣ ਨੈਣ ਕੰਨੇ ਝੁੰਮ ਕੇ ਹੁਲਾਰੇ ਉਹਦੇ ਲੈਣ ਲੈਣ ਗੱਲਾਂ ਕਰਦੀ ਸ਼ਾਇਦ ਤੋਂ ਮਿੱਠੀਆਂ ਜਿਹਨੇ ਮੇਰਾ ਦਿਲ ਲੁੱਟਿਆ ਉਹ ਜਿਹਨੇ ਮੈਨੂੰ ਮਾਰ ਸੁੱਟਿਆ ਜਿਹਨੇ ਮੇਰਾ ਦਿਲ ਲੁੱਟਿਆ ਤਾੜੀ ਲਾ ਦਿਓ ਜੀ ਤੇ ਸਾਡੇ ਵੱਡੇ ਭਾਜੀ ਓਂਕਾਰ ਅਡਵਾਲ ਸਾਹਿਬ ਹਾਂ ਉਹ ਫਰਮਾਇਸ਼ ਵੀ ਕਰਦੇ ਆ ਕਹਿੰਦੇ ਵੀ ਅਸੀਂ ਬੋਹੀਮੀਆ ਸੁਣਨਾ ਬੋਹੀਮੀਆ ਸੁਣਨਾ ਕਹਿੰਦੇ ਅਸੀਂ ਸੁਣਨਾ ਜੀ ਉਹ ਮੇਰੇ ਤੋਂ ਬਾਅਦ ਕਲਾਕਾਰਾਂ ਨੇ ਵੀ ਗਾਉਣਾ ਹੋਰ ਵੀ ਬਹੁਤ ਕਲਾਕਾਰ ਨੇ ਪਹਿਲਾਂ ਗਾ ਕੇ ਸਾਰਿਆਂ ਦਾ ਦਿਲੋਂ ਸਤਿਕਾਰ ਜਿਹਨਾਂ ਨੇ ਬਾਅਦ 'ਚ ਗਾਉਣਾ ਉਹਨਾਂ ਦਾ ਵੀ ਸਤਿਕਾਰ ਬਾਈ ਇੱਕ ਗੱਲ ਇੱਕ ਮਿੰਟ ਸੋ ਬਾਈ ਸਾਰਥੀ ਤੁਹਾਡੇ ਸਾਹਮਣੇ ਖੜਾ ਪੰਜਾਬ ਦੇ ਨਹੀਂ ਪੂਰੇ ਵਰਲਡ ਦੇ ਸਭ ਤੋਂ ਮਹਿੰਗੇ ਕਲਾਕਾਰਾਂ ਦੀ ਆਵਾਜ਼ਾਂ ਕੱਢਦਾ ਯਾਰ ਇੱਕ ਤਾੜੀ ਦੱਬ ਕੇ ਠੋਕੋ ਬਾਈ ਲਈ ਸੁਣੋ ਜੀ ਸੁਣੋ ਫਿਰ ਬੋਹੀਮੀਆ ਪਤਾ ਕੀ ਹੈ ਹੁਣ 3-4 ਦਿਨ ਹੋ ਗਏ ਲਗਾਤਾਰ ਪ੍ਰੋਗਰਾਮਾਂ 'ਤੇ ਗਾਉਂਦਿਆਂ ਨੂੰ ਅੱਜ ਵੀ ਮੈਂ ਇੱਦਾਂ ਹੀ ਭੱਜ ਕੇ ਆਇਆ ਅਡਵਾਲ ਸਾਹਿਬ ਕਹਿੰਦੇ ਆਉਣਾ ਪੈਣਾ ਮੈਂ ਕਿਹਾ ਬਾਈ ਜ਼ਰੂਰ ਪਹੁੰਚੂੰਗਾ ਸੋ ਬੋਹੀਮੀਆ ਵਾਲਾ ਗਲਾ ਬਣਾ ਲੈਣ ਤੋਂ ਪਹਿਲਾਂ ਮੈਨੂੰ
ਲਾਈਟ ਜੀ ਮੜੀ ਜੇ ਪਰਾਂ ਨੂੰ ਘਮਾ ਕੇ ਦੇਖ ਲਈਏ ਇੱਥੇ ਰੱਖ ਓ ਹਾਂ ਕਾਕਾ ਕੀ ਕਹਿਆ ਤੂੰ ਇੱਥੇ ਰੱਖ ਚਾਹ ਦੇ ਪਤੀਲੇ ਵਿੱਚ ਕੌਣ ਦੇ ਡਲੀ ਨੀ ਚੋਰੀ ਚੋਰੀ ਜੱਟੀ ਚਮਕੀ ਲਾਸਣ ਦੀ ਹੁਈ ਮੀਆਂ ਯਾ ਇਹ ਰਾਜਾ ਯਾ ਕੁੜੀ ਕਹਿੰਦੀ ਯਾ ਰਾਜਾ ਸੋ ਥੈਂਕ ਯੂ ਇੰਨਾ ਕਿ ਬਹੁਤ ਆ ਹੁਣ ਆਪਾਂ ਆਪਣੇ ਸ਼ੁਰੂ ਕਰ ਲਈਏ ਥੋੜ੍ਹੇ ਜਿਹੇ ਦੱਸੋ ਦੱਸੋ ਉਹ ਇੱਕ ਕਲਾਕਾਰਾਂ ਨੇ ਵੀ ਗਾਉਣਾ ਬਾਤ ਜੀਤਾ ਜੈਲਦਾਰ ਕਹਿ ਰਿਹਾ ਜੀ ਹੁਣ ਮੈਂ ਨਾਲ ਦੀ ਨਾਲ ਸੁਣਾ ਦੇਣੇ ਸਾਰੇ ਥੋੜੇ ਥੋੜੇ ਜਿਹੇ ਪੈਰੇ ਜੇ ਹੁਣ ਜੀਤਾ ਜੈਲਦਾਰ ਕਮਲਹੀਰ ਜਿੱਤੀ ਗਰੇਵਾਲ ਵੀ ਬਾਬੂਆ ਉਹ ਇਹ ਕਿੱਥੋਂ ਆ ਗਈ ਉਹ ਭੈਣੋ ਦਿਲ ਤਾਂ ਦੇ ਦਈਏ ਥੈਂਕ ਯੂ ਜੀ ਹੁਣ ਆਪਣੇ ਕਰ ਲਈਏ ਯਾਰ ਅੱਜ ਇੱਥੇ ਆ ਤੁਹਾਡੇ ਕੋਲ ਹੀ ਆ ਲਓ ਜੀ ਜੁਗਨੀ ਸਾਰੇ ਸੁਣਾ ਕੇ ਜਾਊਂਗਾ ਇੱਕ ਵਾਰ ਸ਼ੁਰੂ ਕਰ ਲੈਣ ਤੂੰ ਮੈਨੂੰ ਸਰੀਰ ਗਰਮ ਜਿਹਾ ਹੋ ਲੈਣ ਤੂੰ ਆ ਜਾ ਅਲਫੀ ਪਾਕ ਦਾ ਪਾਣੀ ਦੇ
ਬੜਾ ਔਖਾ ਦੱਬ ਕੇ ਤਾਰੀ ਮਾਰ ਦਿਓ ਪਲੀਜ਼। ਥੈਂਕ ਯੂ ਜੀ।